ਸਪੋਰਟਸ ਡਿਵੈਲਪਮੈਂਟ ਵੈਲਫੇਅਰ ਫਾਊਂਡੇਸ਼ਨ ਪੰਜਾਬ ਵੱਲੋਂ ਸਪੋਰਟਸ ਡਿਵੈਲਪਮੈਂਟ ਬੋਰਡ ਆਫ ਇੰਡੀਆ ਦੇ ਸਹਿਯੋਗ ਨਾਲ ਪਹਿਲੀ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ ਗੁਰੂ ਸਾਗਰ ਮਸਤੁਆਣਾ ਸਾਹਿਬ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਮੈਨ ਵੂਮੈਨ ਬੋਆਇਜ਼ ਗਰਲਜ਼ ਸਬ ਜੂਨੀਅਰ ਸੀਨੀਅਰ ਅਤੇ ਮਾਸਟਰ ਗੇਮ ਕਰਵਾਏ ਗਏ। ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਇਵੈਂਟ ਵਿੱਚ ਰੈਸਲਿੰਗ ਦੇ 10 ਵੇਟਾਂ ਵਿੱਚ ਵੱਖ ਵੱਖ ਸੂਬਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਭਾਗ ਲਿਆ। ਅਥਲੈਟਿਕਸ ਵਿੱਚ 8 ਇਵੈਂਟ ਕਰਵਾਏ ਗਏ। ਇਸ ਤੋਂ ਇਲਾਵਾ ਕਬੱਡੀ ਫੁੱਟਬਾਲ ਬਾਸਕਟਬਾਲ ਅਤੇ ਕਈ ਹੋਰ ਗੇਮਾਂ ਦੇ ਕੌਮਾਂਤਰੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਮੌਕੇ ਪੰਜਾਬ ਦਾ ਪ੍ਰਸਿੱਧ ਭੰਗੜਾ ਵੀ ਪੰਜਾਬੀ ਗੱਭਰੂਆਂ ਨੇ ਪਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਦੋ ਸ਼ਬਦ ਬੱਚੋਂ ਕੇ ਉਤਸਾਹ ਕੇ ਲੀਏ ਮੰਚ ਪਰ ਆਗਰ ਕਹੇ ਜਿਸਸੇ ਯੇ ਪ੍ਰਤਿਭਾਨ ਖਿਲਾੜੀ ਆਪਕੀ ਊਰਜਾ ਸੇ ਲਵਰੇਜ ਹੋ ਔਰ ਆਪਕੋ ਆਪਣਾ ਆਦਰ ਸਨਮਾਨ ਕਰ ਆਗੇ ਬੜਨੇ ਕਾ ਜਿੱਥੇ ਜਾਮ ਚੱਕਾ ਕਰਦਾ ਹੈ ਚਿੱਟਾ ਸ਼ਰੀਆਮ ਤੂੰ ਧੱਕਾ ਕਰਦਾ ਹੈ ਚਿੱਟਾ ਸ਼ਰੀਆਮ ਤੂੰ ਧੱਕਾ ਕਰਦਾ ਹੈ ਚਿੱਟਾ ਅੱਜ ਸਾਡੇ ਨਾਲ ਨੇ ਰੈਸਲਿੰਗ ਦੇ ਨੈਸ਼ਨਲ ਕੋਚ ਸਰਦਾਰ ਕੇਵਲ ਸਿੰਘ ਜੀ। ਕੇਵਲ ਸਿੰਘ ਜੀ ਨਾਲ ਗੱਲ ਕਰਦੇ ਹਾਂ ਵੀ ਅੱਜ ਚੈਂਪੀਅਨਸ਼ਿਪ ਸੰਗਰੂਰ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ, ਪਹਿਲਾ ਮੈਚ ਹੋਣ ਜਾ ਰਿਹਾ, ਕੀ ਕਹੋਗੇ ਤੁਸੀਂ ਇਹਦੇ ਬਾਰੇ? ਇਹ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ ਪੰਜਾਬ ਦੇ ਵਿੱਚ ਮਸਤੁਆਣਾ ਸਾਹਿਬ ਸੰਗਰੂਰ ਵਿਖੇ ਪਹਿਲੀ ਵਾਰ ਹੋ ਰਹੀ ਹੈ, ਜਿਹਦੀ ਪਹਿਲੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ। ਇਹ 79 ਵੇਟ ਕੈਟਾਗਰੀ ਦੇ ਵਿੱਚ ਹੋਣ ਜਾ ਰਹੀ ਹੈ ਜੀ। ਆ ਹੁਣੀ ਤੁਹਾਡੇ ਸਾਹਮਣੇ ਉਸੇ ਸਮੇਂ ਦੇ ਵਿੱਚ ਇਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਊਗਾ। ਕੀ ਗੇਮ ਹੈ ਇਹ ਅਤੇ ਇਸ ਗੇਮ ਦੇ ਭਵਿੱਖ 'ਚ ਕੀ ਫਾਇਦੇ ਹੁੰਦੇ ਨੇ ਬੱਚਿਆਂ ਨੂੰ? ਅਸੀਂ ਸਪੋਰਟਸ ਚੈਨਲਾਂ ਦੇ ਵੱਡੇ ਵੱਡੇ ਚੈਨਲਾਂ 'ਤੇ ਇਹ ਗੇਮਸ ਦੇਖਦੇ ਹਾਂ, ਕੀ ਇਹ ਛੋਟੇ ਲੈਵਲ 'ਤੇ ਕੀ ਜਿਹੜੇ ਸਟੂਡੈਂਟਸ ਨੇ ਜਿਹੜੇ ਗੇਮ ਪਲੇਅਰ ਨੇ ਉਹਨਾਂ ਨੂੰ ਪੂਰੀਆਂ ਸਹੂਲਤਾਂ ਮਿਲਦੀਆਂ ਨੇ, ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਗੇਮ? ਦੇਖੋ ਜਿਹੜੀ ਸਪੋਰਟਸ ਦੀ ਫੈਡਰੇਸ਼ਨਾਂ ਨੇ ਇਹ ਤਾਂ ਬਿਹਤਰ ਇਹ ਜ਼ਿਆਦਾ ਸਮਝਦੀਆਂ ਨੇ ਇਸ ਗੱਲ ਨੂੰ, ਪਰ ਨੈਸ਼ਨਲ ਜਿਹੜੀ ਸੀਨੀਅਰ ਨੈਸ਼ਨਲ ਹੈ ਉਹਦੇ ਵਿੱਚੋਂ ਜੇਕਰ ਕੋਈ ਮੈਡਲ ਆਉਂਦਾ ਤਾਂ ਸਰਕਾਰ ਉਹਦੀ ਯੋਗਤਾ ਦੇ ਮੁਤਾਬਕ ਉਹਨੂੰ ਜ਼ਰੂਰ ਕੁਛ ਨਾ ਕੁਛ ਦਿੰਦੇ। ਇਹਨਾਂ ਨੂੰ ਜਦੋਂ ਕੋਈ ਨੌਕਰੀ ਹੁੰਦੀ ਹੈ ਉਹਨਾਂ ਵਿੱਚ ਫਾਇਦਾ ਮਿਲਦਾ ਹੈ, ਸਰਟੀਫਿਕੇਟ ਦਾ ਵੀ ਫਾਇਦਾ ਮਿਲਦਾ ਹੈ, ਅਤੇ ਇਹਦੇ ਵਿੱਚ ਬਾਹਰ ਜਾਣ ਲਈ ਵੀ ਮਤਲਬ ਇਹਦਾ ਸਰਟੀਫਿਕੇਟਾਂ ਦਾ ਸਹਿਯੋਗ ਮਿਲਦਾ, ਨੈਸ਼ਨਲ ਕਰਕੇ ਬਾਹਰ ਵੀ ਖੇਡ ਕੇ ਆ ਸਕਦੇ ਨੇ, ਇਹਦਾ ਹੀ ਮਤਲਬ ਫਾਇਦਾ ਹੈ। ਤੁਸੀਂ ਪੰਜਾਬ 'ਚ ਇਹ ਪਹਿਲੀ ਵਾਰ ਕਰਾ ਰਹੇ ਹੋ? ਅਸੀਂ ਪੰਜਾਬ 'ਚ ਪਹਿਲੀ ਵਾਰ ਇਸ ਕਰਕੇ ਰਹੇ, ਅਸੀਂ ਮੰਗ ਕੇ ਲਈ ਸੀ ਮੰਗ ਵੀ ਸਾਡੇ ਪੰਜਾਬ ਦੇ ਬੱਚਿਆਂ ਨੂੰ ਅਸੀਂ ਇੱਕ ਕਰਾ ਸਕੀਏ, ਉਹ ਇਦੂ ਗਾਹਾਂ ਜਾ ਸਕਣ। ਠੀਕ ਹੈ, ਥੈਂਕ ਯੂ ਜੀ।